ਇਹ ਕੱਟਣ ਇਮਾਨਦਾਰਾਂ ਦੀ ਕੰਮ ਵੇਖ ਲਓ ਗਏ ਛੋਲੇ ਕੁਲਚੇ ਖਾਣ ਛੋਲੇ ਕੁਲਚੇ ਤਾਂ ਤੁਸੀਂ ਵੀ ਖਾਂਦੇ ਹੋਣੇ ਸਾਡੇ ਬੜਾ ਉੱਥੇ ਮਸ਼ਹੂਰ ਹੈ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਮਗਰ ਇਹ ਬਦਲਾਵ ਦੀ ਸਰਕਾਰ ਦਾ ਨਵਾਂ ਹੀ ਰੰਗ ਵੇਖਣ ਨੂੰ ਮਿਲਿਆ ਸਭ ਤੋਂ ਪੁਰਾਣਾ ਹੋਟਲ ਅੰਮ੍ਰਿਤਸਰ ਸਾਹਿਬ ਦਾ ਇੱਕ ਅੰਮ੍ਰਿਤਸਰ ਇੰਟਰਨੈਸ਼ਨਲ ਹੁੰਦਾ ਸੀ ਉਸ ਤੋਂ ਬਾਅਦ ਇਹ ਐਮ ਕੇ ਬਣਿਆ ਤੁਸੀਂ ਤਾਂ ਜਾਣਦੇ ਹੋ ਮਹਾਰਾਜ ਤੁਸੀਂ ਰਹਿੰਦੇ ਹੋ ਉੱਥੇ ਐਮ ਕੇ ਹੋਟਲ ਨੂੰ ਚੱਲਦਿਆਂ ਨੂੰ 25 ਸਾਲ ਦੇ ਲਗਭਗ ਹੋ ਗਏ 25 ਸਾਲਾਂ 'ਚ ਤੁਸੀਂ ਲਾ ਲਓ ਕਿੰਨੀਆਂ ਸਰਕਾਰਾਂ ਆਈਆਂ ਅਤੇ ਕਿੰਨੀਆਂ ਗਈਆਂ ਮਗਰ ਇਹ ਕੱਟੜ ਇਮਾਨਦਾਰ ਦੇ ਪਹਿਲੀ ਗੱਲ ਵੇਖੀ ਔਰ 3 ਵਜ਼ੀਰ ਇੱਕ ਹਰਪਾਲ ਚੀਮਾ ਸਾਹਿਬ ਇੱਕ ਮੀਥੇਰ ਸਾਹਿਬ ਅਤੇ ਤੀਜਾ ਅਮਨ ਅਰੋੜਾ ਸਾਹਿਬ ਇਹ ਗਏ ਕੁਲਚਾ ਲੈਣ ਦੇ ਇੱਕ ਕੁਲਚੇ ਖਾਣ ਉੱਥੇ ਸੀ ਭੀੜ ਇਹ ਆ ਗਏ ਸਾਹਮਣੇ ਉਹਦੇ ਹੈ ਐਮ ਕੇ ਹੋਟਲ ਇਹ ਚਲੇ ਗਏ ਐਮ ਕੇ ਹੋਟਲ ਦੇ ਅੰਦਰ ਅਤੇ ਕਹਿੰਦੇ ਕਮਰਾ ਖੋਲ ਦਿਓ ਜਿਹੜਾ ਮਾਲਕ ਸੀ ਸੰਜੇ ਗਲੋਤਰਾ ਜੀ ਉਹ ਬਿਮਾਰ ਨੇ ਉਹ ਮੈਦਾਨਤਾ 'ਚ ਦਾਖਲ ਸੀ ਹੁਣ ਮੈਨੇਜਰ ਨੂੰ ਕੋਈ ਕਮਰਾ ਲੈਣ ਆਊਗਾ ਤੁਸੀਂ ਜਾਓਗੇ ਕੋਈ ਜਾਊਗਾ ਖਾਸ ਕਰ ਜਿਹੜੇ ਆਪਦੇ ਆਪ ਨੂੰ ਆਮ ਆਦਮੀ ਕਹਿੰਦੇ ਆ ਮੈਨੂੰ ਉਹਨਾਂ ਦੀ ਨਹੀਂ ਸਮਝ ਆਈ ਉਹਨਾਂ ਨੇ ਕਮਰਾ ਮੰਗਿਆ ਉਹਨੇ ਪੁੱਛ ਲਿਆ ਕਿਉਂ ਰਹਿਣਾ ਕੀ ਰਹਿਣਾ ਜੋ ਨੋਰਮਲ ਫੋਰਮੈਲਿਟੀ ਹੁੰਦੀ ਉਹਨੇ ਕਿਰਾਇਆ ਦੱਸਤਾ 5500 ਮੰਤਰੀਆਂ ਨੂੰ ਚੜ ਗਿਆ ਗੁੱਸਾ ਕਹਿੰਦੇ ਕੋਈ ਨਾ ਕਮਰਾ ਪੈਸੇ ਇੱਕ ਵਾਰੀ ਤਾਂ ਉਹਨਾਂ ਨੇ ਰੌਲਾ ਰੂਲਾ ਪਾਇਆ ਕਿ ਤੁਹਾਨੂੰ ਨਹੀਂ ਪਤਾ ਮੈਂ ਕੌਣ ਆ ਤਿੰਨਾਂ ਨੇ ਉਹ ਮੈਨੇਜਰ ਨੇ ਕਹਿਤਾ ਸਾਨੂੰ ਤਾਂ ਪਤਾ ਨਹੀਂ ਜੀ ਕੌਣ ਆ ਕੌਣ ਨਹੀਂ ਸਾਨੂੰ ਤਾਂ ਕਿਰਾਇਆ ਦੇ ਦਿਓ ਭਾਵੇਂ ਤੁਸੀਂ ਆ ਭਾਵੇਂ ਕੋਈ ਰਵੇ ਸਾਨੂੰ ਕੀ ਚਲੋ ਰੌਲਾ ਗੋਲਾ ਪਿਆ ਅਖੀਰ 'ਚ ਉਹਨਾਂ ਨੇ ਦੇ ਦਿੱਤੇ 5500 ਅਤੇ ਕਮਰਾ ਖੋਲਤਾ ਮਗਰ ਈਗੋ ਇੰਨੀ ਹਰਟ ਹੋ ਗਈ ਅਹੰਕਾਰ ਇਸ ਕਿਸਮ ਦਾ ਹੋ ਗਿਆ ਔਰ ਕਮਾਲ ਦੀ ਗੱਲ ਹੈ ਹੋਇਆ ਵੀ ਕਿਹੜੀ ਤਰੀਕ ਨੂੰ 14 ਆ 14 ਤਰੀਕ ਜਿਸ ਦਿਨ ਇਹਨਾਂ ਨੇ ਇੰਡਸਟਰੀ ਸਮਿਟ ਇਹ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਕਰਦੇ ਫਿਰਦੇ ਸੀ ਉਹ ਮੈਂ ਵੀਡੀਓ ਦਿਖਾਊਂਗਾ ਨਾਲ ਦੇ ਹੋਟਲ 'ਚ ਤਾਜ ਹੋਟਲ 'ਚ ਕੇਜਰੀਵਾਲ ਸਾਹਿਬ ਅਤੇ ਆਹ ਸੁਣਨ ਵਾਲੀ ਗੱਲ ਹੈ ਬੜੀ ਵਧੀਆ ਗੱਲ ਹੈ ਸੁਣਾ ਇੱਕ ਹੀ ਚੀਜ਼ ਸੁਣਨੇ ਮੈਂ ਆ ਗਈ ਨਹੀਂ ਕਿ ਕਿਤਨਾ ਬਾਹਰ ਸੇ ਇਨਵੈਸਟਮੈਂਟ ਆ ਰਹਾ ਹੈ ਕਿਤਨਾ ਬਾਹਰ ਸੇ ਇਨਵੈਸਟਮੈਂਟ ਆ ਰਹਾ ਹੈ ਵੋ ਤੋ ਇੰਪੋਰਟੈਂਟ ਹੈ ਲੇਕਿਨ ਕਿਸੇ ਨੇ ਸਹੀ ਕਹਾ ਕਿ ਬਾਹਰ ਕੇ ਇਨਵੈਸਟਮੈਂਟ ਕੋ ਤੋ ਬਾਅਦ ਮੇਂ ਦੇਖ ਲੈਣਾ ਪਹਿਲੇ ਆਪਣੀ ਇੰਡਸਟਰੀ ਤੋ ਬਚਾ ਲੋ ਬਚਾ ਲਈ ਅਗਰ ਹਮਾਰੀ ਇੰਡਸਟਰੀ ਨਹੀਂ ਬਚੇਗੀ ਤੋ ਬਾਹਰ ਕਾ ਇਨਵੈਸਟਮੈਂਟ ਕਾ ਕਿਆ ਫਾਇਦਾ ਔਰ ਸਬਸੇ ਬੜੇ ਬ੍ਰਾਂਡ ਐਂਬੈਸਡਰਸ ਤੋ ਆਪ ਹੀ ਲੋਗ ਹੈ ਕੋਈ ਅਗਰ ਬਾਹਰ ਦੀ ਇੰਡਸਟਰੀ ਲਗਾਨੇ ਆਏਗਾ ਤੋ ਪਹਿਲੇ ਤੋ ਆਪ ਹੀ ਸੇ ਪੁੱਛੇਗਾ ਕਿ ਭਾਈ ਸਾਹਿਬ ਕਿਆ ਮਾਹੌਲ ਹੈ ਯਹਾਂ ਪੇ ਅੱਛਾ ਮਾਹੌਲ ਹੈ ਖਰਾਬ ਮਾਹੌਲ ਹੈ ਮੈਂ ਪੈਸਾ ਲਗਾਊਂ ਯਹਾਂ ਪੇ ਔਰ ਆਪ ਕਹੋਗੇ ਨਹੀਂ ਜੀ ਬਹੁਤ ਖਰਾਬ ਮਾਹੌਲ ਹੈ ਮਤ ਆਨਾ ਤੋ ਕੋਈ ਵੀ ਬਾਹਰ ਸੇ ਪੈਸਾ ਨਹੀਂ ਆ ਸਕਦਾ ਤੋ ਇੱਕ ਭਗਵੰਤ ਮਾਨ ਸਾਹਿਬ ਨੇ ਬੜਾ ਅੱਛਾ ਕੰਮ ਕੀਆ ਆਹ ਬਸ ਜੀ ਮਾਹੌਲ ਦੇਖੋ ਕਿੰਨਾ ਚੰਗਾ ਛੋਲੇ ਕੁਲਚੇ ਖਾਣ ਤੋਂ ਦਰਗੇ ਉਹ ਖੋਲਿਆ ਨਹੀਂ ਵਿਚਾਰਿਆਂ ਨੇ ਐਮ ਕੇ ਵਾਲਿਆਂ ਨੇ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਤਸ਼ੱਦਦ ਆ ਪਹਿਲਾ 29/9/2023 ਆ ਪੋਲਿਊਸ਼ਨ ਕੰਟਰੋਲ ਬੋਰਡ ਦਾ ਉਹਨਾਂ ਨੂੰ ਨੋਟਿਸ ਕੱਢਤਾ ਹੁਣ ਕੌਣ ਹੈ ਜੀ ਪੋਲਿਊਸ਼ਨ ਦਾ ਮਿਨਿਸਟਰ ਮੀਤੇਰ ਸਾਹਿਬ ਨੋਟਿਸ ਕੱਢਤਾ ਥੱਲੇ ਕਹਿਤਾ ਕਿ ਅੱਜ ਹੀ ਬੰਦ ਕਰ ਦੇਣਾ ਤੈਨੂੰ ਕਿ ਤੇਰੀ ਸਾਰੀਆਂ ਵਾਇਲੇਸ਼ਨ ਹੈ ਜਿਹੜਾ 25 ਸਾਲ ਤੋਂ ਚੱਲ ਰਿਹਾ ਹੋਟਲ ਛੋਲੇ ਕੁਲਚੇ ਖਾਣ ਤੋਂ ਪਹਿਲਾਂ ਤਾਂ ਠੀਕ ਸੀ 20 ਕਮਰੇ ਡੀਸੀ ਨੇ ਕਰਾਏ ਸੀ ਉਸ ਦਿਨ ਤਾਂ ਵੀ ਠੀਕ ਸੀ ਮਗਰ ਇਹਨਾਂ ਨੂੰ ਹਰਪਾਲ ਚੀਮੇ ਨੂੰ ਮੀਥੇਰ ਤੋਂ ਤੇ ਅਮਨ ਅਰੋੜੇ ਤੋਂ ਮੰਗ ਲਏ ਪੈਸੇ ਕਮਰੇ ਦੇ ਤੇ ਉਹਨਾਂ ਦੇ ਹੋ ਗਿਆ ਪੋਲਿਊਸ਼ਨ ਦੀ ਨਾਲ ਰੇਡ ਤੇ ਚਿੱਠੀ ਨੋਟਿਸ ਕੱਢਤਾ ਔਰ ਕਮਾਲ ਦੀ ਗੱਲ ਹੈ ਕੱਲਾ ਉਹ ਨਹੀਂ ਕੱਢਿਆ ਇੱਕ ਨੋਟਿਸ ਅਗਲਾ ਕੱਢਿਆ ਐਕਸਾਈਜ਼ ਦਾ ਉਹ ਮਹਿਕਮਾ ਕਿਹਦਾ ਹਰਪਾਲ ਚੀਮਾ ਸਾਹਿਬ ਦਾ ਕਿ ਉਹ ਨੋਟਿਸ ਵੀ ਕੱਢਤਾ ਤੀਜਾ ਨੋਟਿਸ ਕੱਢਤਾ ਫੂਡ ਡਿਪਾਰਟਮੈਂਟ ਨੇ ਕਿ ਤੇਰੀ ਕੁਆਲਿਟੀ ਨਹੀਂ ਠੀਕ ਔਰ ਕਮਾਲ ਦੀ ਗੱਲ ਹੈ ਕਿ ਉਹ ਤੋਂ 15 ਦਿਨ ਪਹਿਲਾਂ ਹੀ ਹੈਲਥ ਡਿਪਾਰਟਮੈਂਟ ਫੂਡ ਦੇ ਨੇ ਉਹਨਾਂ ਨੂੰ 5-star ਰੇਟਿੰਗ ਦਿੱਤੀ ਸੀ ਕਿ ਤੁਹਾਡੀ ਐਡੀ ਵਧੀਆ ਸਾਫ ਸੰਭਾਲ ਹੈ ਆ ਇੱਕ ਕੁਲਚੇ ਨਾ ਖੋਣ ਤੇ ਚੱਕਰ ਵੇਖ ਲਓ ਕੀ ਪੈਗਾ ਕਰ ਲਓ ਪੜ੍ਹ ਲਓ ਪੂਛ ਇੱਛੇ ਕਰ ਲਓ ਇਨਵੈਸਟਮੈਂਟ ਪੰਜਾਬ 'ਚ ਕਹਿੰਦਾ ਮਾਹੌਲ ਕਹਿੰਦਾ ਤੁਸੀਂ ਦੱਸੋਗੇ ਹੁਣ ਭਾਈ ਜੇ ਕੋਈ ਆਵੇ ਨਾ ਤੁਹਾਨੂੰ ਇਹਨਾਂ ਮੁਫ਼ਤ 'ਚ ਇਹਨਾਂ ਨੂੰ ਚਾਹ ਪਾਣੀ ਖਿਲਾ ਦਿਆ ਕਰੋ ਪਿਲਾ ਦਿਆ ਕਰੋ ਐਡੇ ਭੁੱਖੇ ਨੇ ਐਡੇ ਮਤਲਬ ਕੀ ਇਹਨਾਂ ਲਈ ਕਵਾਂ
कि इस तरीके का व्यवहार कर रहे एंड समबडी हूज इन हॉस्पिटल। देखो कांग्रेस की सरकार रही है, श्रोमणी अकाली दल की रही है, तुम ये गल्ला नहीं कदे सुन, इस तरह की गल नहीं सुनी होनी कि एम के होटल आले नू इस तरह का स्टेप लेना पे। अखीर च यह गए जी हाई कोर्ट, सॉरी यह गए कोर्ट पंजाब अमृतसर कोर्ट, उथो जाके आ भी कागज मैं थोड़े न शेयर कर लेना। 3 तरीक नू इना नू जसबीर सिंह जेडे सिविल जज साहब ने 3/10/23 नू इना नू स्टे दिता बगैर नोटिस दे, उन्होंने कहता तेरा सब बंद कर देंगे अड़ा देंगे। वह बेचारा स्टे लैके आया तो कहिंदे करो पंजाब च इनवैसट, कोई करूगा? आ कट्टर इमानदारा दी किन्ने वजीर हो गए जी, हले एक दी मैं होर दसूंगा कारनामा, वह थोड़े चिर च दसूंगा, हले मैं सोच रहा थोनू किन्ने दिन बाद दसा। वह वेख के तो तुम वह ही अके बके रह जाओगे, थोड़े तो वेखी वूखी नहीं जानी, मैं पहला दस दया थोनू। चलो उस तो अगली गल आ जाओ, कट्टर इमानदारा की हाल वेख लो, अज सुप्रीम कोर्ट च इन्हों आप नू पार्टी बनाउंदी फिरदे आ। CBI ने ओ अगला ठेकेदार भी फड़ लिया, एक तो ढल फड़िया सी पहला, हुण एक होर सीगा उहदा नाम मैं भुलदा, अमृत इह जिहा की है, जिहड़े दो सीगे ना, एक ब्रिंडको ते अनंत वाइन वाला, दूजा फड़ लिया। और CBI ने 17A दी प्रोसीक्यूशन वास्ते सैंक्शन मंगी है कैप सिन्हा और वरम रोजम दी, मगर कट्टर इमानदार आले वो परमिशन ही नहीं दे रहे CBI इनक्वायरी दी। क्यों? क्योंकि पता जे चले गए अगे एक ना व्हाट्सएप चैट तुरी फिरदी है, थोनू अज मैं फूड फॉर थॉट दे देना, लभ लियो। इन्हों ने मिसिज चड्डा ने ना अपने हरदीप चड्डा की घर की ओरी फैक्ट्री बंद करा दी, ते ओ व्हाट्सएप चैट हुण हत्थ लग गई है CBI दी। ओ व्हाट्सएप चैट च कह रही है कि जो तुसीं कहा सी हुण तां मैं देता, हुण तां चला दिओ। ते हुण पुलिस इन्हां नूं पुछदी फिरदी है कि दसो की दित्ता जिहड़ा पहला बंद करता ते हुण चला दित्ता कट्टर इमानदारां दा, इन्हां नूं गल नहीं आ रही। अगे यह अफसर दोवें गए सी दिल्ली जिथे मीटिंगां होईआं ने, इन्हां दी जे सैंक्शन दे दित्ती ते हौली हौली सारा कुछ बाहर आना आप शुरू हो जाए, क्योंकि इन्होंने तो सवेरे अपरूवर बन जाना ओपन एंड शट केस है। एक कट्टर इमानदार भाई जे थोड़े को यू हैव नथिंग टू हाइड, दे दियो परमिशन, दुध का दुध ते पानी का पानी होजू, मगर दे आर रिफ्यूजिंग टू गिव। आर मैं थोनू वह दस दया कि कैप सिन्हा साहब ओ ने एक सिंगला साहब हो फूड महकमे च, मैं वह कागज भी अज हैगा रेडी अपने कोल कि नहीं, रिलीज कर देना थोनू। 2019 या 20 मैं प्रेस कॉन्फ्रेंस की सी, एक दे खिलाफ डिमोट किया पहला कैप सिन्हा जी ने, उन्हू फिर उन्हू चार्जशीट किया, 80 लाख रुपए गबन करन दा उत्ते दोष लाए, आप घुग्गी मारी और यह लिखता कि इन्हू ना किसी इंपोर्टेंट पोस्ट ते लाया, क्योंकि इन्हें PR लई हुई है, इन्हें भज जाना, पता नहीं की उन्हें धूफ विखाई कैप सिन्हे नू कि महीने बाद ही उन्हें विजिलेंस कमिशन लाता, फूड एंड सिविल सप्लाईज महकमे का चेयरमैन कमिशन विजिलेंस कमिशन। हुण जदों परचे होए आशू ते, उस परचिया च सिंगले का रोल बड़ा वड्डा दस्या गया है, और सिंगला भगौड़ा भाई उस सिंगले नू प्रमोट पहला डिमोट किया, फिर प्रमोट किया, फिर चेयरमैन विजिलेंस कमिशन लाया, 80 लाख का गबन का कागज घुग्गी मारी, और किने कैप सिन्हा साहब ने। और जेडे दूजे अफसर है उन्होंने बारे तो मैं की कहना, तुसी पता ही जेडे अमरूद खा गए किन्ने दे खा गए, वह कल ही ने, बाकिया नूं तां जमानत लैनी पई है, इन्हां नूं अमरूद खाउण दी कोई जमानत नहीं लैनी पई है। सो कट्टर इमानदारां नूं भाई जुडिशरी नूं तुसी बेईमान कहता, चीफ मिनिस्टर साहब थोड़ा हरजोत बैंस अड लग्या, मनजिंदर लालपुरा अड लग्या, हाईकोर्ट की खिचाई हो रही है, थोड़े 3 वजीर आ कुलचे खाण तो की किसी ने पैसे मंग ले कमरे दे, तुसीं उत्ते नोटिस दे नोटिस कढ़ी जाने कि इस तरह इनवैसटमेंट पंजाब च आउणी है। ये जो हालात बने है ये बारे अज मैं कह इहदा जन्मदिन है, तुहानू दस दिया कि अज बधाई दे रूप च भाई जिहड़ा बधाई बधूई ना ना दे के आऊ कोई बिजनेसमैन, सवेरे रेड हो जाणी। और मैं तुहानू एक होर गल दस दिया, मैं आ पुछिया क्योंकि आह लुधियाणा जलंधर मोहाली अमृतसर जिथे जिथे इन्हां दे प्रोग्राम होए से जद केजरीवाल साहब आए थे,
डीसी साहब ने पहला सारी इंडस्ट्री नू फोन किया और पोल्यूशन कंट्रोल बोर्ड आले ने किया और एक गल कही कि जे कोई उत्थे माहिदा लाल इंडस्ट्री आला कोई गलत मलत सवाल पूछ गया ना उहदी खैर नहीं, मतलब जिवें डॉक्टर्ड ते ट्यूटर्ड काम सी कि जेड़ा मिठे सवाल भी इन्हां ने आप ही लिख के भेजे सी आ गल्लां तुसीं करनियां ने, इसलिए तुसीं वेखदे होणे कदे कोई रो पैंदा सी कि आम आदमी दा मुख्यमंत्री कोई कुछ कह दिंदा सी ओती वीडियो विखा दिंदे सी, किसे नूं गल ही नहीं करन दित्ती जो असल हालात बने पे। दिस इज हाउ दीज प्रोग्राम्स वर हेल्ड और किन्ने करोड़ां रुपये इश्तिहार च इन्हां ने वेस्ट किया।